ਗੁਰਦੁਆਰਾ ਸ਼ਹੀਦ ਬਾਬਾ ਦੀਪ ਸਿੰਘ ਸੁਖਵਿਲਾ ਭਿਲਾਈ ਛੱਤੀਸਗੜ੍ਹ ਵਿਖੇ ਸਿੱਖ ਯੂਥ ਫੋਰਮ ਭਿਲਾਈ ਵੱਲੋਂ 11ਵਾਂ ਵਿਸ਼ੇਸ਼ ਗੁਰਮਤ ਸਮਾਗਮ ਕਰਵਾਇਆ ਗਿਆ, ਜਿਸ ਵਿੱਚ ਪੰਥ ਪ੍ਰਸਿੱਧ ਰਾਗੀ ਜਥਿਆਂ ਅਤੇ ਪ੍ਰਚਾਰਕਾਂ ਨੇ ਪਹੁੰਚ ਕੇ ਸੰਗਤਾਂ ਨੂੰ ਹਰਜਸ ਨਾਲ ਨਿਹਾਲ ਕੀਤਾ। ਸਮਾਗਮ ਦੀ ਵਧੇਰੇ ਜਾਣਕਾਰੀ ਦਿੰਦਿਆਂ ਸਿੱਖ ਯੂਥ ਫੋਰਮ ਭਿਲਾਈ ਦੇ ਜਨਰਲ ਸਕੱਤਰ ਜਸਵੰਤ ਸਿੰਘ ਨੇ ਦੱਸਿਆ ਕਿ ਇਸ ਸਮਾਗਮ ਵਿੱਚ ਗਿਆਨੀ ਹਰਵਿੰਦਰ ਸਿੰਘ ਜੀ ਗੰਗਾਨਗਰ ਵਾਲੇ ਖਾਸ ਤੌਰ ਤੇ ਪਹੁੰਚੇ। ਇਸ ਦੇ ਨਾਲ ਹੀ ਹਜ਼ੂਰੀ ਰਾਗੀ ਭਾਈ ਸਾਹਿਬ ਭਾਈ ਰਣਜੀਤ ਸਿੰਘ ਜੀ ਨੇ ਸੰਗਤਾਂ ਨੂੰ ਹਰਜਸ ਨਾਲ ਨਿਹਾਲ ਕੀਤਾ। ਉਹਨਾਂ ਇਸ ਸਮਾਗਮ ਵਿੱਚ ਪਹੁੰਚੇ ਹੋਏ ਰਾਗੀ ਜਥਿਆਂ ਦਾ ਖਾਸ ਤੌਰ ਤੇ ਧੰਨਵਾਦ ਕੀਤਾ। ਇਸ ਦੇ ਨਾਲ ਹੀ ਉਹਨਾਂ ਦੱਸਿਆ ਕਿ ਇਸ ਸਮਾਗਮ ਵਿੱਚ ਅੰਮ੍ਰਿਤ ਸੰਚਾਰ ਵੀ ਕਰਵਾਇਆ ਗਿਆ, ਜਿਸ ਵਿੱਚ ਤਖ਼ਤ ਸ੍ਰੀ ਦਮਦਮਾ ਸਾਹਿਬ ਤੋਂ ਪੰਜ ਪਿਆਰੇ ਖਾਸ ਤੌਰ ਤੇ ਪਹੁੰਚੇ, ਜਿਨ੍ਹਾਂ ਨੇ ਅੰਮ੍ਰਿਤ ਸੰਚਾਰ ਦੀ ਸੇਵਾ ਨਿਭਾਈ ਅਤੇ ਇਸ ਦੌਰਾਨ 40 ਸ਼ਰੀਰਾਂ ਨੇ ਅੰਮ੍ਰਿਤ ਛਕਿਆ ਅਤੇ ਗੁਰੂ ਵਾਲੇ ਬਣੇ। ਉਹਨਾਂ ਕਿਹਾ ਕਿ ਉਮੀਦ ਕਰਦੇ ਨੇ ਆਉਣ ਵਾਲੇ ਸਮੇਂ ਵਿੱਚ ਵੀ ਸੰਗਤਾਂ ਇਸ ਤਰ੍ਹਾਂ ਹੀ ਸਹਿਯੋਗ ਦਿੰਦੀਆਂ ਰਹਿਣਗੀਆਂ। ਦਾਸ ਜਸਵੰਤ ਸਿੰਘ, ਜਨਰਲ ਸਕੱਤਰ, ਸਿੱਖ ਯੂਥ ਫੋਰਮ ਭਿਲਾਈ ਛੱਤੀਸਗੜ੍ਹ, ਅੱਜ ਗੁਰੂ ਸਾਹਿਬ ਦੀ ਕਿਰਪਾ ਦੇ ਨਾਲ ਅਤੇ ਸਮੂਹ ਸੰਗਤਾਂ ਦੇ ਸਹਿਯੋਗ ਦੇ ਨਾਲ ਗੁਰਦੁਆਰਾ ਸ਼ਹੀਦ ਬਾਬਾ ਦੀਪ ਸਿੰਘ ਜੀ ਸੁਖਵਿਲਾ ਭਿਲਾਈ ਛੱਤੀਸਗੜ੍ਹ ਵਿਖੇ ਸਿੱਖ ਯੂਥ ਫੋਰਮ ਵੱਲੋਂ 11ਵਾਂ ਵਿਸ਼ੇਸ਼ ਗੁਰਮਤਿ ਸਮਾਗਮ ਮਨਾਇਆ ਗਿਆ ਹੈ, ਜਿਸ ਵਿੱਚ ਪੰਥ ਦੇ ਮਹਾਨ ਪ੍ਰਚਾਰਕ ਗਿਆਨੀ ਹਰਵਿੰਦਰ ਸਿੰਘ ਜੀ ਗੰਗਾਨਗਰ ਵਾਲੇ, ਜਿਨ੍ਹਾਂ ਨੇ ਗੁਰਮਤਿ ਵਿਚਾਰ, ਸਿੱਖ ਇਤਿਹਾਸ, ਗੁਰ ਇਤਿਹਾਸ ਦੇ ਰਾਹੀਂ ਸੰਗਤਾਂ ਨੂੰ ਨਿਹਾਲ ਕੀਤਾ ਹੈ, ਅਤੇ ਸਾਡੇ ਕੋਲ ਵਿਸ਼ੇਸ਼ ਤੌਰ 'ਤੇ ਪਹੁੰਚੇ ਹਜ਼ੂਰੀ ਰਾਗੀ ਭਾਈ ਸਾਹਿਬ ਭਾਈ ਰਣਜੀਤ ਸਿੰਘ ਜੀ ਨੇ ਸ਼ਪਥ ਕੀਰਤਨ ਦੇ ਰਾਹੀਂ ਸੰਗਤਾਂ ਨੂੰ ਨਿਹਾਲ ਕੀਤਾ ਹੈ। ਦਾਸ ਸਮੂਹ ਸੰਗਤ ਵੱਲੋਂ ਅਤੇ ਸਿੱਖ ਯੂਥ ਫੋਰਮ ਵੱਲੋਂ ਗਿਆਨੀ ਹਰਵਿੰਦਰ ਸਿੰਘ ਜੀ ਦਾ ਅਤੇ ਹਜ਼ੂਰੀ ਰਾਗੀ ਭਾਈ ਸਾਹਿਬ ਭਾਈ ਰਣਜੀਤ ਸਿੰਘ ਦਾ ਤਹਿ ਦਿਲੋਂ ਧੰਨਵਾਦੀ ਹੈ, ਜਿਨ੍ਹਾਂ ਨੇ ਸਾਡੀ ਬੇਨਤੀ ਨੂੰ ਪ੍ਰਵਾਨ ਕਰਦਿਆਂ ਹੋਇਆਂ ਇੱਥੇ ਹਾਜ਼ਰੀ ਭਰੀ ਹੈ। ਇਹ ਸਿੱਖ ਯੂਥ ਫੋਰਮ ਵੱਲੋਂ 11ਵਾਂ ਵਿਸ਼ੇਸ਼ ਗੁਰਮਤਿ ਸਮਾਗਮ ਹੈ, ਜੋ ਗੁਰੂ ਸਾਹਿਬ ਕਿਰਪਾ ਕਰਕੇ ਆਪਣੀ ਸੇਵਾ ਲੈ ਰਹੇ ਹਨ। ਇਸ ਸਮਾਗਮ ਵਿੱਚ ਅੰਮ੍ਰਿਤ ਸੰਚਾਰ ਵੀ ਕਰਾਇਆ ਗਿਆ ਹੈ, ਜਿਸ ਵਿੱਚ ਤਖ਼ਤ ਸ੍ਰੀ ਦਮਦਮਾ ਸਾਹਿਬ ਤੋਂ ਪੰਜ ਪਿਆਰੇ ਸਾਹਿਬਾਨ ਪਹੁੰਚੇ ਸਨ, ਜਿਨ੍ਹਾਂ ਨੇ ਇਹ ਅੰਮ੍ਰਿਤ ਸੰਚਾਰ ਦੀ ਸੇਵਾ ਕੀਤੀ ਹੈ, ਅਤੇ ਇਸ ਗੁਰਦੁਆਰਾ ਸਾਹਿਬ ਦੀ ਸੰਗਤ ਨੇ ਤਕਰੀਬਨ 41 ਪ੍ਰਾਣੀਆਂ ਨੇ ਅੰਮ੍ਰਿਤ ਪਾਨ ਕੀਤਾ ਹੈ। ਦਸ ਉਹਨਾਂ ਸਮੂਹ ਪ੍ਰਾਣੀਆਂ ਦਾ ਜਿਨ੍ਹਾਂ ਨੇ ਅੰਮ੍ਰਿਤ ਪਾਨ ਕੀਤਾ ਹੈ, ਉਹਨਾਂ ਨੂੰ ਬਹੁਤ ਬਹੁਤ ਵਧਾਈ ਦਿੰਦਾ ਹੈ, ਅਤੇ ਨਾਲ ਹੀ ਉਹਨਾਂ ਨੂੰ ਪਰਿਵਾਰਾਂ ਨੂੰ ਵੀ ਲੱਖ ਲੱਖ ਵਧਾਈ ਦਿੰਦਾ ਹੈ, ਜਿਹੜੇ ਗੁਰੂ ਸਾਹਿਬਾਂ ਦੇ ਪਰਿਵਾਰ ਵਿੱਚ ਜਿਨ੍ਹਾਂ ਨੇ ਵਾਅਦੇ ਪਾਏ ਹਨ, ਗੁਰੂ ਵਾਲੇ ਬਣੇ ਹਨ। ਇਹ ਗੁਰੂ ਸਾਹਿਬ ਕਿਰਪਾ ਕਰਨ ਆਉਣ ਵਾਲੇ ਸਮੇਂ ਵਿੱਚ ਵੀ ਸਮੂਹ ਸੰਗਤਾਂ ਦਾ ਸਹਿਯੋਗ ਮਿਲਦਾ ਰਹੇ, ਅਤੇ ਅਸੀਂ ਇਸੇ ਤਰ੍ਹਾਂ ਹੀ ਸਿੱਖ ਯੂਥ ਫੋਰਮ ਵੱਲੋਂ ਇਹ ਆਪਣੀ ਸੇਵਾ ਕਰਦੇ ਰਹਾਂਗੇ। ਇਸ ਦੇ ਨਾਲ ਹੀ ਸਿੱਖ ਯੂਥ ਫੋਰਮ ਦੇ ਜੁਆਇੰਟ ਸਕੱਤਰ ਅਮਨ ਸਿੰਘ ਨੇ ਦੱਸਿਆ ਕਿ ਗੁਰੂ ਘਰ ਵਿੱਚ ਹੋਰ ਵੀ ਸੇਵਾਵਾਂ ਨਿਭਾਈਆਂ ਜਾਂਦੀਆਂ ਨੇ। ਉਹਨਾਂ ਦੱਸਿਆ ਕਿ ਅੱਜ ਸਾਹਿਬਜ਼ਾਦਾ ਅਜੀਤ ਸਿੰਘ ਜੀ ਦਾ ਜਨਮ ਦਿਹਾੜਾ ਮਨਾਇਆ ਗਿਆ ਅਤੇ ਗੁਰੂ ਘਰ ਵਿੱਚ ਅਜੀਤ ਖਾਲਸਾ ਗੱਤਕਾ ਅਖਾੜਾ ਵੀ ਚਲਾਇਆ ਜਾਂਦਾ। ਉਹਨਾਂ ਕਿਹਾ ਕਿ ਸਮਾਗਮ ਦੇ ਰਾਹੀਂ ਇਹ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਛੱਤੀਸਗੜ੍ਹ ਵਿੱਚ ਗੱਤਕੇ ਦਾ ਪਹਿਲਾ ਸਟੇਡੀਅਮ ਲਾਂਚ ਹੋ ਸਕੇ, ਅਤੇ ਇਸ ਦੇ ਲਈ ਸਰਕਾਰ ਨਾਲ ਗੱਲਬਾਤ ਵੀ ਜਾਰੀ ਹੈ। ਭਿਲਾਈ ਦੇ ਵਿੱਚ ਅਜੀਤ ਖਾਲਸਾ ਗੱਤਕਾ ਅਖਾੜਾ ਸੁਖਵਿਲਾ ਗੁਰਦੁਆਰਾ ਦੇ ਵਿੱਚ ਇਹਦੀ ਸਿਖਲਾਈ ਚੱਲਦੀ ਹੈ, ਜਿਹਦੇ ਵਿੱਚ ਆਪਾਂ ਅੱਜ ਬਾਬਾ ਅਜੀਤ ਸਿੰਘ ਦਾ ਜਨਮ ਦਿਹਾੜਾ ਮਨਾ ਰਹੇ ਹਾਂ। ਅਤੇ ਮੈਂ ਦੱਸਣਾ ਚਾਹੂੰਗਾ ਕਿ ਬਾਬਾ ਅਜੀਤ ਸਿੰਘ ਦੇ ਨਾਲ ਜਿਹੜਾ ਅਖਾੜਾ ਵਾ ਇਹ 2015 ਦੇ ਵਿੱਚ ਸਟਾਰਟ ਕੀਤਾ ਗਿਆ ਸੀ, ਜਿਹਨੂੰ ਅੱਜ 2023 ਤੋਂ ਬਾਅਦ ਅੱਗੇ ਹੋਰ ਜਿਹੜੇ ਜਥੇਦਾਰ ਨੇ ਸਾਡੇ ਭਾਈ ਰਾਜਵੀਰ ਸਿੰਘ ਜੀ ਅਤੇ ਭਾਈ ਪ੍ਰਿਥਵੀਪਾਲ ਸਿੰਘ ਜੀ ਇਹ ਸਭ ਸਾਂਭ ਰਹੇ ਨੇ। ਨਾਲੇ ਜਿਹੜੀ ਸਿਖਲਾਈ ਆ ਇਸ ਦੇ ਰਾਹੀਂ ਅਸੀਂ ਕੋਸ਼ਿਸ਼ ਕਰ ਰਹੇ ਹਾਂ ਇਸ ਸਮਾਗਮ ਦੇ ਰਾਹੀਂ ਅਤੇ ਜਿਹੜੇ ਹੋਰ ਵੀ ਆਪਣੇ ਉਪਰਾਲੇ ਉਹਨਾਂ ਦੇ ਰਾਹੀਂ ਕਿ ਜਿਹੜਾ ਛੱਤੀਸਗੜ੍ਹ ਦੇ ਵਿੱਚ ਗੱਤਕੇ ਦਾ ਪਹਿਲਾ ਸਟੇਡੀਅਮ ਜਿਹੜਾ ਵਾ ਲਾਂਚ ਹੋ ਸਕੇ। ਇਸ ਤੋਂ ਬਾਅਦ ਜਿਹੜਾ ਕਿ ਉਪਰਾਲਾ ਵਾ ਜਿਹੜਾ ਹਜੇ ਤੱਕ ਜਿਹੜਾ ਗੱਤਕਾ ਨਗਰ ਕੀਰਤਨਾਂ ਦੇ ਹੋਰ ਗੁਰਦੁਆਰਾ ਗੁਰੂ ਧਾਮਾਂ ਤੱਕ ਹੀ ਸੀਮਤ ਸੀ, ਇਸ ਤੋਂ ਇਲਾਵਾ ਜਿਹੜੀ ਗੇਮ ਜਿਹੜੀ ਨੈਸ਼ਨਲ ਵਿੱਚ ਆ ਚੁੱਕੀ ਆ ਜਿਹਦੇ ਵਿੱਚ ਅੱਗੇ ਬੱਚਿਆਂ ਦਾ ਭਵਿੱਖ ਆ, ਇਸ ਨੂੰ ਲੈ ਕੇ ਸਾਡੀ ਗੌਰਮੈਂਟ ਦੇ ਨਾਲ ਗੱਲਬਾਤ ਵੀ ਚੱਲ ਰਹੀ ਹੈ, ਜਿਹਨੂੰ ਲੈ ਕੇ ਆਪਾਂ ਛੱਤੀਸਗੜ੍ਹ ਦੇ ਵਿੱਚ ਬਹੁਤ ਛੇਤੀ ਇੱਕ ਗੱਤਕੇ ਦਾ ਸਟੇਡੀਅਮ ਲੈ ਕੇ ਆ ਰਹੇ ਹਾਂ, ਅਤੇ ਨਾਲੇ ਨਾਲ ਆਪਾਂ ਬਹੁਤ ਹੀ ਛੇਤੀ ਫੈਡਰੇਸ਼ਨ ਕੱਪ ਦੇ ਵਿੱਚ ਹਿੱਸਾ ਲੈਣ ਦੀ ਤਿਆਰੀ ਕਰ ਰਹੇ ਹਾਂ। ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰੋ।